ਐਮਐਲਏ ਰੂਪੜੀ, ਮੈਂ ਥੋੜੀ ਇੱਕ ਦੂਜੀ ਐਂਬੂਲੈਂਸ ਦੇ ਕੋਲ ਆ ਗਿਆ ਹੁਣ 5108 5108 ਰੋਪੜ ਦੀ। ਤੇ ਆ ਤੁਸੀਂ ਲਾਈਵ ਦੇਖ ਲਓ, ਇਹਦੀ ਹਾਲਤ ਇਹ ਹੈ ਕਿ ਟਾਇਰ ਹੀ ਤੇ ਹੈ ਨਹੀਂ, ਆ ਤਾਰਾਂ ਨਿਕਲੀਆਂ ਹੋਈਆਂ। ਹੈਲੋ, ਕਿਹਦੇ ਟਾਇਰ ਕਿਆ ਕਹਿੰਦੇ ਨਿਕਲ ਗਈਆਂ ਤੇ ਥੱਲੇ? ਇੱਕ ਮਿੰਟ, ਪਹਿਲਾਂ ਗੱਲ ਸੁਣੋ ਮੇਰੀ ਪੂਰੀ, ਮੈਂ ਜੋ ਕਹਿ ਰਿਹਾ ਆ ਟਾਇਰਾਂ ਦੀ ਗੱਲ, ਤੇ ਕਮਾਣੀਆਂ ਜਿਹੀਆਂ ਟੁੱਟੀਆਂ ਹੋਈਆਂ। ਇਹ ਤੁਸੀਂ ਨਾ, ਤੁਸੀਂ ਤੁਹਾਨੂੰ ਪਤਾ ਨੀ ਅੱਖਾਂ ਦੀ ਬੰਦ, ਚੈੱਕ ਨੀ ਕਰਾਉਣਾ, ਚੈੱਕ ਮੈਂ ਕਰ ਲਿਆ, ਮੈਨੂੰ ਚੈੱਕ ਜਿਹੜਾ ਮੈਂ ਚੈੱਕ ਕਰ ਲਿਆ ਨਾ, ਤੁਹਾਨੂੰ ਅੱਗੇ ਲੋੜ ਨਹੀਂ, ਤੁਹਾਨੂੰ ਦੱਸ ਰਿਹਾ। ਤੇ ਜਿਹੜੀ ਤੁਹਾਡੀ ਆਕਸੀਜਨ ਦੀ ਪਾਈਪ ਹੈ ਉਹ ਇਹਦੇ 'ਚ ਵੀ ਇੱਕ ਹੈ, ਇੱਕ ਹੈ ਨਹੀਂ। ਵਾਲੀ ਐਂਬੂਲੈਂਸ ਦਾ ਇਹ ਹਾਲ, ਤੁਹਾਡੀ ਰੋਪੜ ਵਾਲੀ ਦਾ ਇਹ ਹਾਲ, ਤੁਹਾਡੀ ਕੰਪਨੀ ਸਰਕਾਰ ਕੋਲੋਂ ਪੈਸੇ ਲੈ ਕੇ, ਮਤਲਬ ਕਿ ਇਹ ਕਿਹੜਾ ਖਿਲਵਾੜ ਲੋਕਾਂ 'ਚ ਜਾਂਦਾ ਨਾ ਕਰ ਰਹੀ ਹੈ? ਤੁਹਾਡੀ ਭਰਤਕ ਵਾਲੀ ਐਂਬੂਲੈਂਸ ਤਾਂ ਤੁਹਾਡੀ ਖੜੀ ਹੈ, ਉਹਦੀ ਹਾਲਤ ਤਾਂ ਦੇਖ ਲਓ ਕੀ ਹੈ, ਕਿੰਨੀ ਉਹਦਾ ਆਹ ਤਾਂ ਜਿਹੜੀ ਸੁਣੋ ਯਾਰ, ਜਿਹੜੀ ਰੋਪੜ ਦੀ ਹੈ ਤੇ ਸਿੰਘਪੁਰ ਦੀ ਹੈ, ਆਹ ਮਤਲਬ ਟਾਇਰਾਂ ਦੀ ਹਾਲਤ ਨਾਲ ਕਮਾਣੀਆਂ, ਤੇ ਈਵਨ ਕਿ ਆਕਸੀਜਨ ਪਾਈਪ, ਆਕਸੀਜਨ ਪਾਈਪ ਤੱਕ ਜਿਹੜੀਆਂ ਤੁਹਾਡੀਆਂ 'ਚ ਹੈ ਨਹੀਂ, ਤੇ ਕਾਹਦੇ ਯਾਰ ਤੁਸੀਂ ਕੰਪਨੀ ਤੁਹਾਡੀ ਕਰਦੀ ਕੀ ਹੈ? ਮੈਂ ਸਵੇਰੇ ਤੁਹਾਡੇ ਖਿਲਾਫ਼ ਕਾਰਵਾਈ ਨੂੰ ਲਿਖਾ ਰਿਹਾ ਆਪਣਾ, ਮੈਨੂੰ ਕੱਲ ਤੱਕ ਸਾਰੀਆਂ ਐਂਬੂਲੈਂਸਾਂ ਰੋਪੜ ਦੀਆਂ ਪੂਰੀਆਂ ਅਪਡੇਟ ਚਾਹੀਦੀਆਂ। ਇੱਕ ਤਾਂ ਹੁੰਦਾ ਕਿ ਗਵਰਨਮੈਂਟ ਕੋਲ ਫੈਸਿਲਿਟੀ, ਤੁਸੀਂ ਗਵਰਨਮੈਂਟ ਕੋਲ ਪੈਸਾ ਲੈ ਕੇ ਹੱਲ ਕਰ ਰਹੇ, ਦੱਸੋ ਯਾਰ ਇਹ ਐਂਬੂਲੈਂਸ ਕਿੱਥੇ ਪਜਾਊਗੀ ਮਰੀਜ਼ ਨੂੰ ਤਾਰਾਂ ਵਾਲੀ? ਆਹ ਦਿਖਾਓ ਟਾਇਰੀ, ਮੇਰੇ ਤਾਂ ਪੇਜ ਤੋਂ ਲਾਈਵ ਦੇਖ ਲਓ ਇਹਦੇ ਟਾਇਰਾਂ ਦੀ ਹਾਲਤ ਕੀ ਹੈ, ਫਿਰ ਪਤਾ ਹੋਣ, ਅੱਛਾ ਤੁਹਾਨੂੰ ਪਤਾ ਹੋਣ ਦੇ ਬਾਵਜੂਦ ਤੁਸੀਂ ਤੁਸੀਂ ਆਹ ਟਾਇਰਾਂ, ਨਹੀਂ ਨਹੀਂ ਮੇਰੀ ਗੱਲ ਸੁਣੋ, ਤੁਹਾਡਾ ਨਾਮ ਕੀ ਹੈ, ਤੁਹਾਡੀ ਪੋਸਟ ਕਾਹਦੀ ਕੰਪਨੀ 'ਚ ਹੈ ਜੀ? ਕਲਸਟਰ ਮੈਨੇਜਰ। ਕੰਪਨੀ ਦਾ ਨਾਮ ਕੀ ਆਪਣੀ ਦਾ, ਦੁਬਾਰੇ ਬੋਲੋ। ਤੇ ਤੁਹਾਨੂੰ, ਤੁਸੀਂ ਕਹਿੰਦੇ ਮੈਨੂੰ ਪਤਾ ਹੈ, ਤੁਹਾਨੂੰ ਪਤਾ ਹੋਣ ਦੇ ਬਾਵਜੂਦ ਕਿ ਐਂਬੂਲੈਂਸ ਦੀਆਂ ਦੇ ਜਿਹੜੇ ਟਾਇਰ ਤਾਰਾਂ ਨਿਕਲੀਆਂ ਹੋਈਆਂ, ਕਮਾਣੀਆਂ ਟੁੱਟੀਆਂ ਹੋਈਆਂ, ਆਕਸੀਜਨ, ਨਹੀਂ ਮੇਰੀ ਗੱਲ ਸੁਣੋ, ਆਕਸੀਜਨ ਪਾਈਪ ਇਹਦੇ 'ਚ ਹੈ ਨਹੀਂ, ਫਿਰ ਕਾਹਦੀ ਐਂਬੂਲੈਂਸ ਰਹੇਗੀ ਯਾਰ? ਦਿੱਕਤ ਕੁਛ ਵੀ ਹੈ, ਮੇਰੀ ਗੱਲ ਸੁਣੋ, ਦਿੱਕਤ ਜੇ ਇੱਕ ਮਿੰਟ ਮੇਰੀ 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 ਗੱਲ ਸੁਣੋ, ਪਿੱਛੋਂ ਆਈ ਜਿੱਥੋਂ ਉਹ, ਪਿੱਛੋਂ ਤੁਸੀਂ ਲੈ ਕੇ ਆਉਣੀ ਕਿ ਮੈਂ ਲੈ ਕੇ ਆਉਣੀ ਹੈ? ਗਲਤੀ ਛੋਟੀ ਨਹੀਂ ਹੈ ਇਹ, ਤੁਹਾਡੀ ਇਹ ਗਲਤੀ, ਗਲਤੀ ਮੇਰੀ ਗੱਲ ਸੁਣੋ, ਗਲਤੀ ਛੋਟੀ ਨਹੀਂ ਹੈ, ਮਤਲਬ ਕਿ ਲੋਕਾਂ ਦਾ ਪੈਸਾ ਕੰਪਨੀ ਲੈ ਕੇ ਫਿਰ ਵੀ ਲੋਕਾਂ ਦੀ ਜਾਨ ਰੱਖ, ਇਹ ਹੁਣ ਤੱਕ ਤੁਹਾਨੂੰ ਕੋਈ ਪੁੱਛਣ ਵਾਲਾ ਸੀਗਾ ਨਹੀਂ ਪੰਜਾਬ 'ਚ, ਪਰ ਹੁਣ ਹੁਣ ਕੱਲ੍ਹ ਤੋਂ ਮੇਰੀ ਗੱਲ ਸੁਣ ਲਓ, ਕੱਲ੍ਹ ਸ਼ਾਮ ਤੱਕ ਇਕੱਲੀ ਇਕੱਲੀ ਐਂਬੂਲੈਂਸ ਜਿਹੜੀ ਉਹ ਅਪਡੇਟ ਚਾਹੀਦੀ ਹੈ ਪੂਰੀ, ਨਹੀਂ ਤਾਂ ਤੁਹਾਡੀ ਕੰਪਨੀ ਨੇ ਕੰਮ ਨਹੀਂ ਕਰਨਾ ਤਾਂ ਹੱਥ ਖੜੇ ਕਰ ਦੇ। ਕੋਈ ਕੰਮ ਹੁਣ ਐਂ ਨਹੀਂ ਹੋਣਾ ਕਿ ਗਵਰਨਮੈਂਟ ਤੋਂ ਪੈਸੇ ਲੈ ਕੇ ਮੁੜ ਕੇ ਆਪਣਾ ਘਰੇ ਬੈਠ ਕੇ ਕਿ ਲੋਕਾਂ ਨੂੰ ਸਹੂਲਤ ਦੇਣੀ ਨਹੀਂ ਹੈਗੀ, ਇਹ ਹੁਣ ਟਾਈਮ ਲੰਘ ਲਿਆ। ਹਾਂ ਹੁਣ ਇਹ ਅੱਖਾਂ ਬੰਦ ਕਰਨ ਦਾ ਕੰਮ ਨਹੀਂ ਚੱਲਣਾ ਹੈਗਾ ਜੀ। ਮੇਰੀ ਗੱਲ ਸੁਣੋ, ਇਹ ਯਾਰ ਬੰਦ ਕਰਨ ਦੀ ਨੌਬਤ, ਇਹ ਨਹੀਂ ਇਹ ਯਾਰ ਤੁਸੀਂ ਇਹ ਇਹੋ ਜਿਹੀਆਂ ਚਾਲਾਂ ਨਾ ਚੱਲੋ, ਤੁਸੀਂ ਅਜੇ ਮੇਰੀ ਗੱਲ ਸੁਣੋ, ਇੱਕ ਮੇਰੀ ਗੱਲ ਸੁਣੋ ਯਾਰ, ਗੱਲ ਸੁਣੋ ਤੁਸੀਂ ਮੇਰੀ ਗੱਲ ਸੁਣੋ, ਟਾਇਰ ਪਵਾਉਣ ਲਈ ਗੱਡੀ ਬੰਦ ਕਰਨ ਦੀ ਕੀ ਲੋੜ ਹੈ?
ਕੋਈ ਗੱਲ ਨੀ, ਤੁਸੀਂ ਦੋ ਦਾ ਕਰਵਾ ਦੋ ਕੱਲ, ਤੀਜੀ ਦਾ ਕਰਵਾ ਦੋ ਪਰਸੋਂ। ਪਰ ਰੋਪੜ ਜ਼ਿਲ੍ਹੇ ਦੀ ਕੋਈ ਐਂਬੂਲੈਂਸ ਜਿਹੜੀ ਆ ਉਹਦੇ 'ਚ, ਰੋਪੜ ਦੀ ਕੋਈ ਵੀ ਐਂਬੂਲੈਂਸ 1% ਕਮੀ ਨਹੀਂ ਚਾਹੀਦੀ। ਕੰਮ ਕਰਨ ਦਾ ਤਰੀਕਾ ਬਦਲੋ, ਹੁਣ ਜਿਹੜਾ ਪੁਰਾਣਾ ਤਰੀਕਾ ਛੱਡ ਦੋ, ਤਰੀਕੇ ਬਦਲੋ ਕੰਮ ਕਰਨ ਦੇ। ਇੱਕ ਇੱਕ ਪੈਸਾ ਲੋਕਾਂ ਲੱਗਣਾ ਚਾਹੀਦਾ। ਕੋਈ ਆਕਸੀਜਨ ਪਾਈਪ ਦੀ ਕਮੀ ਨਹੀਂ ਚਾਹੀਦੀ, ਕੋਈ ਦਵਾਈਆਂ ਦੀ, ਕੋਈ ਟਾਇਰਾਂ ਦੀ, ਕੋਈ ਕਮਾਣੀ ਦੀ ਕੋਈ ਕਮੀ ਨਹੀਂ ਚਾਹੀਦੀ। ਆਪਣੇ ਅਧਿਕਾਰੀਆਂ ਨੂੰ ਦੱਸ ਦਿਓ। ਅੱਛਾ ਮੇਰੀ ਗੱਲ ਸੁਣੋ, ਤੁਹਾਡੀ ਇਹਦੀ ਐਂਬੂਲੈਂਸ ਦੀ ਇੰਸਪੈਕਸ਼ਨ ਜਿਹੜੀ ਹੈ ਉਹ ਡਿਸਟ੍ਰਿਕਟ ਲੈਵਲ ਤੇ ਕੌਣ ਕਰਦਾ? ਕੌਣ ਤੇ ਡੀਐਮਸੀ ਨੇ ਦੇਖੀ ਨੀ ਤੁਹਾਡੀ ਇਹਦੇ ਟਾਇਰਾਂ ਦੀ ਹਾਲਤ ਕੀ ਹੈ? ਨਹੀਂ ਥੋੜੇ ਦਿਨ ਪਹਿਲੇ ਡੀਐਮਸੀ ਇਹ ਵਾਰ ਗੱਲ ਸੁਣ ਯਾਰ, ਇੱਕ ਤਾਂ ਮਰੀਜ਼ ਲੈ ਕੇ ਜਾ ਰਹੇ, ਡੀਐਮਸੀ ਨੇ ਤੁਹਾਡੀ ਲਾਸਟ ਇੰਸਪੈਕਸ਼ਨ ਇਹਦੀ ਕਦੋਂ ਕੀਤੀ ਐਂਬੂਲੈਂਸ ਦੀ? ਮੈਂ ਤੁਹਾਨੂੰ ਇੱਕ ਮਹੀਨੇ ਚ ਡੀਐਮਸੀ ਨੇ ਇਹਦੀ ਕੋਈ ਨਹੀਂ ਕੀਤੀ ਇੰਸਪੈਕਸ਼ਨ? ਕੀਤੀ ਹੋਣੀ ਹੈ, ਚੈੱਕ ਕਰਕੇ ਤੁਹਾਡੇ ਕੋਲ ਸਾਇੰਸ ਹੁੰਦਾ ਕੀਤੇ ਹੋਣੇ ਆ। ਕੋਈ ਗੱਲ ਨੀ, ਮੈਂ ਡੀਐਮਸੀ ਨਾਲ ਸਵੇਰੇ ਨੀ ਬੈਠਣਾ। ਚਲੋ ਓਕੇ ਠੀਕ ਹੈ, ਕੱਲ ਤੱਕ ਤੁਹਾਨੂੰ, ਕੱਲ ਤੱਕ ਦਾ ਟਾਈਮ ਹੈ। ਓਕੇ।